अक्सर जो कोई साथी पार्टी बटाले की जिहड़ी है ना आजाद हो गई है। वेखो तुसीं सारे बटाले दे वासी हो, कभी भी सेखड़ी साहब नूं बटाले दे किसी खुशी गमी दे प्रोग्राम तुसीं कभी नहीं वेख्या होना। उस बंदे दा विरोध भी की करना सीगा जिहड़ा कि गेम च ही है नहीं। कभी भी वो वेखो तुसीं इलैक्शन तो बाद कभी नहीं किसी दे दुख सुख चाहे। जदों इलैक्शन आउंदी सी उदों 6 महीने साल पहलों आ के अपना ढंडोरा पिट देना कि भी आ गया मैनूं टिकट मिल गई है। तो पार्टी ने भी उहनूं 40 साल टिकट दित्ती है, पर कांग्रेस का दिनों दिन जिहड़ी साडी बटाले की सीट आ इह प्योर कांग्रेसी सीट आ। तो इस बंदे की वजह के नाल वो हर वारी हरदी रही आ ते कांग्रेस का नुकसान हुंदा रहा। तो असी पार्टी नूं इलैक्शन तो पहलों भी ये जाणू कराया सीगा कि सेखड़ी साहब कभी इत्थों जित नहीं सकते, कि जिहड़ा बंदा लोकां च विचरदा ही नहीं उहने जितना की हुंदा। ਇਹ ਪਾੜਾ ਸਾਹਿਬ ਦੀ ਮੈਂ ਅੱਜ ਟੀ ਵੀ 'ਤੇ ਸੁਣਿਆ, ਉਹਨਾਂ ਦੀ ਮੁਖਾਲਫਤ ਕਰ ਰਹੇ ਸੀਗੇ ਕਿ ਉਹ ਇੱਕ ਘਰ ਦੇ ਵਿੱਚ ਹੀ ਉਹਨਾਂ ਨੇ ਕਿੰਨੇ ਅਹੁਦੇ ਰੱਖੇ ਨੇ। ਪਾੜਾ ਸਾਹਿਬ ਰੀ ਜਿੰਨੇ ਵੀ ਘਰ ਦੇ ਮੈਂਬਰ ਨੇ ਸਾਰੇ ਹੀ ਦਿਨ ਰਾਤ ਲੋਕਾਂ ਦੀ ਸੇਵਾ 'ਚ ਜੁਟੇ ਆ। ਅਤੇ ਉਹ ਜੇ ਸੇਵਾ ਜਿਹੜਾ ਬੰਦਾ ਕਰਦਾ ਉਹਨੇ ਕੋਈ ਅਹੁਦਾ ਵੀ ਲੈਣਾ ਅਤੇ ਤਾਂ ਹੀ ਸੇਵਾ ਕੀਤੀ ਜਾ ਸਕਦੀ ਆ। ਉਹ ਬੜੇ ਤਗੜੇ ਵਰਕਰ ਨੇ। ਅਤੇ ਬਾਕੀ ਬਟਾਲੇ ਦੇ ਹਾਲਾਤ ਤੁਸੀਂ ਵੇਖਿਆ, ਜੇ ਬਾਜਵਾ ਸਾਹਿਬ ਸਾਡੀ ਬਾਹ ਨਾ ਫੜਨ ਤਾਂ ਬਟਾਲਾ ਉਹ ਡਿਵੈਲਪਮੈਂਟ ਪੱਖੋਂ ਵੀ ਪਛੜਿਆ ਸੀਗਾ। ਅਤੇ ਅੱਜ ਉਸ ਤਰ੍ਹਾਂ ਵੀ ਸਿਆਸੀ ਤੌਰ 'ਤੇ ਵੀ ਕੋਈ ਖਸਮ ਖਸਾਈ ਹੈ ਨਹੀਂ। ਅਤੇ ਇਸ ਕਰਕੇ ਜੇ ਪਿੱਛੇ ਹਟ ਗਏ ਨੇ, ਚਲੋ ਸਾਡਾ ਕੋਈ ਪਾਰਟੀ ਨਵਾਂ ਲੀਡਰ ਲਾਏਗੀ ਅਤੇ ਵਰਕ ਕਰਨ ਦਾ ਵੀ ਮਜ਼ਾ ਆਏਗਾ। ਅੱਜ ਪ੍ਰੈਸ ਕਾਨਫਰੰਸ ਇਸ ਕਰਕੇ ਰੱਖੀ ਗਈ ਜੀ, ਐਟ ਦੀ ਸਪੋਰਟ ਤੁਸੀਂ ਸਾਰੇ ਟੀ ਵੀ ਚੈਨਲਾਂ 'ਤੇ ਵੇਖਿਆ ਵੀ ਸਾਡੇ ਬਟਾਲਾ ਸ਼ਹਿਰ ਦੇ ਕਾਂਗਰਸ ਪਾਰਟੀ ਦੇ ਸਾਬਕਾ ਲੀਡਰ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਜੀ BJP ਜੁਆਇਨ ਕਰਕੇ ਪਾਰਟੀ ਨੇ ਉਹਨਾਂ ਨੇ ਇੰਨਾ ਮਾਣ ਸਨਮਾਨ ਦਿੱਤਾ, ਉਹਨਾਂ ਨੂੰ 8 ਵਾਰ ਟਿਕਟ ਦਿੱਤੀ, 3 ਵਾਰ ਜਿੱਤੇ ਅਤੇ 5 ਵਾਰ ਹਾਰੇ, ਫਿਰ ਵੀ ਪਾਰਟੀ ਨੇ ਉਹਨਾਂ ਨੂੰ ਪੂਰਾ ਸਪੋਰਟ ਕੀਤਾ। AICC ਦੇ ਸੈਕਟਰੀ ਰਹੇ, ਗੁਜਰਾਤ ਦੇ ਰਾਜਸਥਾਨ ਦੇ ਸੈਕਟਰੀ ਰਹੇ, ਉਹ ਇੰਚਾਰਜ ਰਹੇ, ਔਰ ਪਾਰਟੀ ਨੇ ਬਹੁਤ ਚੇਅਰਮੈਨੀ ਤੱਕ ਦਿੱਤੀ ਔਰ ਇਹਨਾਂ ਨੂੰ ਮਾਣ ਸਨਮਾਨ ਦਿੱਤਾ ਔਰ ਕਹਿੰਦੇ ਜੀ ਮੇਰੀ ਪਾਰਟੀ ਵਿੱਚ ਸਾਹ ਘੁੱਟਦਾ। ਅੱਜ ਅਸੀਂ ਸਾਰੀ ਕਾਂਗਰਸ ਪਾਰਟੀ ਦੇ ਲੀਡਰ ਸਾਹਿਬਾਨ, ਅਸੀਂ ਸਾਰੇ ਬਟਾਲੇ ਸ਼ਹਿਰ ਵਾਸੀ ਕਾਂਗਰਸ ਦੇ ਲੀਡਰਾਂ ਨੂੰ ਵਧਾਈ ਦਿੰਦੇ ਹਾਂ ਵੀ ਅੱਜ ਬਟਾਲੇ ਦੀ ਜਿਹੜੀ ਕਾਂਗਰਸ ਦਾ ਸਾਹ ਘੁੱਟਦਾ ਹੀ ਆ, ਜੋ ਕਲੀਅਰ ਹੋਇਆ ਅੱਜ ਵਾਕਿਆ ਹੀ ਅਸੀਂ ਇੱਕ ਆਜ਼ਾਦ ਹੋਏ ਹਾਂ ਕਾਂਗਰਸ ਪਾਰਟੀ ਦੇ ਲੋਕ ਔਰ ਇਸ ਲੀਡਰ ਤੋਂ ਤੁਸੀਂ